ਪਾਣੀ ਵਾਲੀ ਵਾਟ ਪਿਆ ਕਰੂ ਆਪਾਂ ਨੂੰ। ਨਹੀਂ ਨਹੀਂ ਥੱਕ ਗਿਆ ਤਾਂ ਮੇਰਾ ਥੱਕ ਨੂੰ ਹਜੇ ਏਡੀ ਛੇਤੀ ਪੈਂਦੇ ਢੋਰੀ ਦੇ ਚੱਕੀ ਵੀ ਨਹੀਂ ਹੈਗੀ, ਥੱਕ ਪਹਿਲੀ ਗੱਲ। ਦਵਾਈ ਪਾ ਕਰਾਂ? ਦਵਾਈ ਪਾਓ ਦਵਾਈ। ਠੰਡ ਤਾਂ ਗੁੱਲੀ ਡੰਡੇ ਦੀ ਦੇਵਾਂਗੇ ਢੋਕੇ, ਠੰਡ ਤਾਂ ਹੀ ਲੱਗਦੀ। ਠੰਡ ਕੀ ਲੱਗ ਜੂਗੀ, ਜਮਾਨ ਬਾਗੋ ਬਾਗ ਕੰਮ ਮਾਰੋ ਮਾਰਦਾਂ ਦੇ ਜ਼ੋਰਾਂ ਤੇ ਚੱਲ ਰਿਹਾ। ਠੰਡ ਅੱਜ ਹਨਾ? ਨਹੀਂ ਠੰਡ ਨੀ ਹੈਗੀ, ਹਵਾ ਚੱਲਦੀ, ਧੁੱਪ ਨਿਕਲੀ ਨੀ ਹੁੰਦਾ, ਸਭ ਚੱਕ ਦਾਂਗੇ ਫੱਟੇ। ਲਓ ਜੀ ਦਵਾਈ ਆਪਾਂ ਘੋਲਤੀ ਇੱਕ ਪੈਕਟ, ਜਿਹਨੇ ਟੌਪਕ ਦੇ ਐਕਸਲ ਤੇ 240 ਇਹ ਤਿੰਨੇ ਦਵਾਈਆਂ ਦਾ ਮਿਸ਼ਰਨ ਕਰਕੇ ਘੋਲ ਕਰਕੇ ਆਪਾਂ ਛਿੜਕਾਂਗੇ। ਤਾਇਆ ਲੱਗਿਆ ਪਿਆ ਢੋਲੀ ਧਰਨ ਨੂੰ, ਸਟੈਂਡ ਹੈਗਾ ਆਪਣਾ। ਇਹ ਬਈ 2 ਵਜੇ ਸਾਡਾ ਕੰਮ ਸਟਾਰਟ ਹੋਊਗਾ, 1:53 ਹੋ ਗਏ। ਥੋੜ੍ਹੇ ਥੋੜ੍ਹੇ ਨਾਲ ਟਾਈਮ ਲੱਗ ਜਾਂਦਾ ਕਿਉਂਕਿ ਅਸੀਂ ਐਂ ਲੇਟ ਪਹਿਲਾਂ ਹੋਰ ਕੰਮ ਕਰਕੇ ਆਏ, ਚਾਰ ਵਾਲਾ ਟੋਆ ਸੈੱਟ ਕਰਕੇ ਆਏ ਹਾਂ। ਸਤਿ ਸ਼੍ਰੀ ਅਕਾਲ ਜੀ, ਨਵੇਂ ਬਲੌਗ 'ਤੇ ਸਾਰਿਆਂ ਦਾ ਸਵਾਗਤ ਆ। ਸੋ ਕੀ ਹਾਲ ਚਾਲ ਨੇ, ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। 14 ਤਰੀਕ ਠੀਕ ਹੈ, 14 ਤਰੀਕ ਅੱਜ ਆਪਾਂ ਸਪਰੇਅ ਕਰਨੀ ਆ। ਦੁਪਹਿਰ ਦਾ ਵੱਜ ਗਿਆ 1, ਕਿਉਂਕਿ ਹੁਣ 1:30 ਵਜੇ ਸੂਰਜ ਦਿਖਾਈ ਦਿੰਦਾ। ਵੈਸੇ ਅੱਜ ਸੂਰਜ ਨੇ ਉਨੀ ਦਿਖਾਈ ਨਹੀਂ ਦਿੱਤੀ, ਧੁੰਦ ਦੇ ਬੱਦਲ ਜੇ ਹੋਏ ਪਿਆ। ਬਾਕੀ ਆਹ ਕਣਕ 'ਤੇ ਆਪਾਂ ਸਪਰੇਅ ਕੀਤੀ ਹੋਈ ਆ, ਗੁੱਲੀ ਡੰਡਾ ਦੁਬਾਰੇ ਉੱਠ ਖੜਿਆ, ਪਤਾ ਨਹੀਂ ਤਾਂ ਸਪਰੇਅ ਸਹੀ ਨਹੀਂ ਹੋਈ ਜਾਂ ਕੋਈ ਦਵਾਈ ਦਾ ਫਰਕ ਤਾਂ ਅੱਜ ਜਿਹੜੇ ਰਹਿ ਗਈ ਤਾਂ ਆਪਾਂ ਉਹ ਕਰਨੀ ਆ। ਦੁਬਾਰੇ 1.5 ਕਿੱਲਾ ਇੱਥੇ ਰਹਿੰਦਾ, ਬਾਕੀ ਜਿਵੇਂ ਫਾਂਟਾ ਰਹਿ ਗਈਆਂ ਵਿੱਚ ਇਹਨਾਂ 'ਤੇ ਵੀ ਅੱਜ ਕਰਾਂਗੇ। ਤਾਇਆ ਆਉਂਦਾ ਉੱਧਰ ਢੋਲੀ ਚੱਕੀ, ਦੇਖ ਸਕਦੇ ਹੋ ਮੈਂ ਅਤੇ ਤਾਇਆ ਦੋਨੇ ਹਾਂ। ਠੰਡ ਬਹੁਤ ਹੈ, ਪਰ ਠੰਡ ਦੇ ਵਿੱਚ ਵੀ ਸਪਰੇਅ ਕਰਨੀ ਪਊ ਕਿਉਂਕਿ ਦੁਬਾਰਾ ਆਪਾਂ ਕਣਕ ਨੂੰ ਪਾਣੀ ਲਾਉਣਾ, ਫਿਰ ਪਾਣੀ ਲੇਟ ਹੁੰਦਾ। ਸੋ ਆਓ ਚੱਲਦੇ ਹਾਂ, ਖਲ ਖੁਲ ਭਰ ਲਏ ਆਪਾਂ, ਲਿਆਉਣੇ ਢੋਲੀਆਂ ਚੱਕ ਕੇ ਤਾਇਆ ਥੱਲੇ ਆਇਆ। ਪਾਲੀ ਵੀ ਫਿਰਦਾ ਵਿੱਚ ਹੀ, ਦੇਖੋ ਆਉਂਦਾ ਤਾਇਆ ਦਵਾਈ ਚੱਕਿਆ। ਅੱਜ ਤਾਏ ਦਾ ਰੰਗ ਰੂਪ ਦੇਖੋ ਤੁਸੀਂ, ਰੰਗ ਢੱਗ ਕਿੱਦਾਂ ਦਾ, ਕਿਉਂ ਤਾਇਆ? ਹਾਂ ਠੀਕ ਆ ਪੁੱਤ, ਠੀਕ ਆ। ਕੈਂਡਾ ਜਮਾਨ? ਠੰਡ ਤਾਂ ਗੁੱਲੀ ਡੰਡੇ ਦੀ ਦੇਵਾਂਗੇ ਢੋਕੇ, ਠੰਡ ਤਾਂ ਹੀ ਲੱਗਦੀ। ਠੰਡ ਕੀ ਲੱਗ ਜੂਗੀ, ਜਮਾਨ ਬਾਗੋ ਬਾਗ ਕੰਮ ਮਾਰੋ ਮਾਰਦਾਂ ਦੇ ਜ਼ੋਰਾਂ ਤੇ ਚੱਲ ਰਿਹਾ। ਠੰਡ ਅੱਜ ਹਨਾ? ਨਹੀਂ ਠੰਡ ਨੀ ਹੈਗੀ, ਹਵਾ ਚੱਲਦੀ, ਧੁੱਪ ਨਿਕਲੀ ਨੀ ਹੁੰਦਾ, ਸਭ ਚੱਕ ਦਾਂਗੇ ਫੱਟੇ। ਤਾਇਆ ਦਾ ਢੋਲੀ ਕਸਲੀ ਸਮਾਨ ਚੱਕ ਲਿਆ, ਹੁਣ ਜਿਹੜਾ ਰਹਿ ਗਿਆ 1-2 ਸਮਾਨ ਚੱਕ ਲੈਣੇ, ਦੁਬਾਰਾ ਕਰਦੇ ਹਾਂ ਆਪਾਂ ਕੰਮ ਸ਼ੁਰੂ। ਆ ਜਾਓ, ਦੇਖੋ ਵੀ ਆਹ ਤੁਹਾਨੂੰ ਵਿੱਚ ਦਿੰਦਾ ਹੋਊ ਆਹ ਚੀਜ਼, ਇਹ ਗੁੱਲੀ ਡੰਡੇ ਦੀਆਂ ਫਾਂਟਾਂ ਨੇ। ਇਹ ਕੋਈ ਸਿੱਧਮ ਸਿੱਧੀ ਜ਼ਿਆਦਾ ਦਵਾਈ ਕਿਹਨੇ ਰਹਿ ਗਈ ਵੀ ਸਪਰੇਅ ਨਹੀਂ ਹੋਈ ਤਾਂ ਵਿੱਚ ਮਾੜਾ ਮੋਟਾ ਥਾਂ ਰਹਿ ਜਾਂਦਾ, ਇੱਦਾਂ ਰਹਿ ਗਏ। ਹਾਂ ਸਿੱਖਣਾ ਜ਼ਰੂਰੀ ਹੈ, ਥੋੜ੍ਹੀ ਪਾਈ ਤਾਂ ਆ ਜਿੰਨੀ ਕਹੇਗਾ। ਇਹ ਬਸ 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 ਬਾਲੀ ਪਾਤੀ, ਦੇਖੇਗਾ ਚੱਕੀ ਤੁਰੀ ਜਾਓ, ਨਰਾ ਦੁੱਧੀ ਆ। ਆਏ ਆਹ ਭਈਆ ਢੋਲੀ ਆਪਣੀ, ਆਹ ਦਵਾਈ ਆ ਢੋਲੀ, ਢੋਲਾ ਪਿਆ ਉਹਦੇ ਵਿੱਚ ਤਾਂ ਕੰਗਾ ਜਿਹਾ ਲਿਆਂਦਾ ਆਪਾਂ, ਖਾਲ ਦੋਨੇ ਭਰ ਲਏ ਤਾਜ਼ੇ ਪਾਣੀ ਦੇ, ਤਾਂ ਰੱਬ ਵੀ ਧੁੱਪ ਕਦੇ ਦਿਖਾਉਂਦਾ ਕਦੇ ਨਹੀਂ। ਬੱਦਲ ਬਾਈ ਜੀ ਤੁਸੀਂ ਦੇਖ ਸਕਦੇ ਹੋ, ਹੋਈ ਵੀ ਹੈ ਇਹ ਤੇ ਵੀ ਸਪਰੇਅ ਕਰੀ ਦੀ ਗੁੱਲੀ ਡੰਡਾਈ 'ਚ ਵੀ ਦਿਸਣ ਲੱਗ ਗਿਆ, ਹੋ ਸਕਦਾ ਵੀ ਸਹੀ ਤਰੀਕੇ ਨਾਲ ਨਹੀਂ ਹੋਈ, ਢੋਲੇ ਨਾਲ ਕਰੀ ਦੀ ਥੋੜ੍ਹਾ ਤੇਜ਼ ਹੋ ਗਈ। ਇਹਦੀ ਕਰੀ ਹੋਈ ਨਹੀਂ ਰਹਿੰਦੀ, ਜਿਵੇਂ ਖਿਆ ਤੁਹਾਡੀ ਕਰੀ ਹੋਈ ਰਹਿ ਗਿਆ। ਅੱਛਾ ਹਾਂ, ਇਹ ਫਿਰ ਐਂ ਕੱਚੇ ਬੰਦੇ ਦੇ ਕੰਮ ਹੀ ਹੁੰਦੇ ਨੇ। ਹਾਂ ਭੱਜ ਕੇ ਲਾਂਗੇ। ਹਾਂ ਟੋ ਪਹਿਲਾਂ ਢੋਲੀਆਂ ਨਾਲ ਕਰੀ ਸੀ, ਉੱਧਰ ਤਾਂ ਵਧੀਆ ਹੋ ਗਈ, ਇਹ ਤਾਂ ਢੋਲੇ ਨਾਲ ਕਰੀ ਸੀ, ਇਹ ਤੇ ਥੋੜ੍ਹਾ ਜਿਹਾ ਹੋ ਗਿਆ। ਲਓ ਜੀ ਦਵਾਈ ਆਪਾਂ ਘੋਲਤੀ ਇੱਕ ਪੈਕਟ, ਜਿਹਨੇ ਟੌਪਕ ਦੇ ਐਕਸਲ ਤੇ 240 ਇਹ ਤਿੰਨੇ ਦਵਾਈਆਂ ਦਾ ਮਿਸ਼ਰਨ ਕਰਕੇ ਘੋਲ ਕਰਕੇ ਆਪਾਂ ਛਿੜਕਾਂਗੇ। ਤਾਇਆ ਲੱਗਿਆ ਪਿਆ ਢੋਲੀ ਧਰਨ ਨੂੰ, ਸਟੈਂਡ ਹੈਗਾ ਆਪਣੇ ਕੋਲੇ 1.5 ਕਿੱਲਾ ਪਹਿਲਾਂ ਉਹ 1.5 ਕਿੱਲੇ ਦੀ ਦਵਾਈ ਘੋਲੀ ਆ, ਉਦੋਂ ਬਾਅਦ ਆਪਾਂ ਇਹ 'ਚ ਪਹਿਲਾਂ ਮਾਰੀ ਹੋਈ, ਆਪਾਂ ਤਾਂ ਸਹੀ ਵੱਜੀ ਨਹੀਂ 2 ਕਿੱਲਿਆਂ ਦੇ ਵਿੱਚ, 2 ਕਿੱਲੇ 'ਚ ਮਾਰਾਂਗੇ ਕਿਉਂਕਿ ਸਾਡੇ ਤਾਏ ਬਿਨਾਂ ਗੱਲ ਨਹੀਂ ਬਣਦੀ। ਅੱਜ ਆਇਆ ਤਾਂ ਅੱਜ ਛਿੜਕੀ ਹੋਈ ਦਵਾਈ ਕੰਮ ਕਰੂ, ਕਿਉਂਕਿ ਪਹਿਲਾਂ ਸਾਡੀਆਂ ਦੇਖੋ ਆਹ ਦੌਗੀਆਂ ਪਾਈਆਂ ਹੋਈਆਂ, ਇੱਧਰ ਜ਼ਿਆਦਾ ਵੀ ਵੱਜ ਗਈ, ਇੱਧਰ ਘੱਟ ਵੀ ਵੱਜੀ ਆ, ਇਹ ਅਣਜਾਣ ਬੰਦਿਆਂ ਦਾ ਹੁੰਦਾ ਕੰਮ। ਸੋ ਹੁਣ ਦੇਖਦੇ ਹਾਂ, ਸਾਡਾ ਨੱਕਾ ਗਿਆ ਖੁੱਲ੍ਹ, ਤਾਂ ਹੁਣ ਨੱਕਾ ਦੁਬਾਰਾ ਲਾਉਣਾ ਪਊ, ਤਾਂ ਮੇਰਾ ਨੱਕਾ ਲਾਇਆ ਹੋਇਆ ਉਹ।
ਘੋਲਤੀ ਦਵਾਈ ਤਾਂ ਹੁਣ ਛਿੜਕਦੇ ਕਰਦੇ ਸ਼ੁਰੂ। ਲੋ ਵੀ ਆ ਦੋ ਖਲ ਭਰ ਲਏ ਆਪਾਂ ਸੜਕਣ ਖਾਤਰ, ਤਾਇਆ ਲੱਗਿਆ ਪਿਆ ਜ਼ੋਰਾਂ ਤੇ, ਢੋਲੀ ਆਪਣੀ ਵੀ ਤਿਆਰ ਆ, ਚਾਹ ਪਾਣੀ ਆਪਾਂ ਪੀ ਲਿਆ, ਬੂਟ ਬਾਟ ਸਾਰੇ ਲਿਬੜ ਕੇ ਚੱਪਲਾਂ ਪਾ ਕੇ ਆਉਣੀਆਂ ਸੀ ਭੁੱਲ ਗਏ, ਹੁਣ ਇਹ ਤੇ ਸੜਕਣੀਆਂ ਬਸ ਇਹਦੀ ਕਰਦੇ ਸ਼ੁਰੂ ਸੀ। ਡੇਢ ਕਿੱਲਾ ਇਹ ਤੇ ਛੇ ਢੋਲੀਆਂ ਪੈਣਗੀਆਂ, ਬਾਕੀ ਇਹ ਤੇ 8 ਕੁ ਪੈਣਗੀਆਂ, ਬਸ 2 ਕੁ ਇੱਧਰ ਕਰਾਂਗੇ, ਅਥਣੇ 4 ਕੁ ਵਜੇ ਤੱਕ ਇਹੀ ਹੋਊ। ਪਾਣੀ ਬਾਹਲੀ ਬਾਟ ਪਿਆ ਕਰੂ ਆਪਾਂ ਨੂੰ? ਨਹੀਂ ਨਹੀਂ ਥੱਕ ਗਿਆ ਤਾਂ ਮੇਰਾ ਥੱਕ ਨੂੰ ਹਜੇ ਏਡੀ ਛੇਤੀ ਪੈਣ ਦੇ ਢੋਲੀ ਦੇ ਚੱਕੀ ਵੀ ਨਹੀਂ ਹੈਗੀ, ਥੱਕ ਪਹਿਲੀ ਗੱਲ ਆ। ਦਵਾਈ ਪਾ ਕਰਾਂ? ਦਵਾਈ ਪਾਓ ਦਵਾਈ। ਅਜੇ ਬਈ 2 ਕੁ ਵਜੇ ਸਾਡਾ ਕੰਮ ਸਟਾਰਟ ਹੋ ਗਿਆ, 1:53 ਹੋ ਗਏ, ਥੋੜ੍ਹੇ ਥੋੜ੍ਹੇ ਨਾਲ ਟਾਈਮ ਲੱਗ ਜਾਂਦਾ ਕਿਉਂਕਿ ਅਸੀਂ ਐਂ ਲੇਟ ਪਹਿਲਾਂ ਹੋਰ ਕੰਮ ਕਰਕੇ ਆਏ, ਚਾਰ ਵਾਲਾ ਟੋਆ ਸੈੱਟ ਕਰਕੇ ਆਏ ਹਾਂ, ਭਰਤੀ ਤਾਏ ਨੇ ਢੋਲੀ ਆਪਣੀ ਜਮਾਂ ਸਿਖਰ 'ਤੇ ਦੇਖਤਾ ਆ, ਹੋਰ ਤਾਂ ਨਹੀਂ ਪੈਂਦਾ ਪਾਣੀ 'ਚ, ਬਸ ਉਹ ਕੀ ਰਿਪੋਰਟ ਹੈ, ਬਸ ਇਹਨੂੰ ਢੱਕਣ ਲਾ ਕੇ ਮੈਂ ਚੱਕਦਾ ਅਤੇ ਤੂੰ ਪਾ ਲਾ ਉਹਦੇ ਵਿੱਚ ਪਾਣੀ, ਮੈਨੂੰ ਐ ਸੀ ਤਾਂ ਵੀ ਉੱਥੋਂ ਹੀ ਭਰ ਲਿਆ ਕਰਾਂਗੇ ਆਪਾਂ, ਵੀ ਬਾਹਲੀ ਬਾਟ ਨਹੀਂ ਪਊ ਦਵਾਈ। ਚੱਲ ਕੋਈ ਗੱਲ ਨੀ, ਹੁਣ ਤਾਂ ਦੋ ਢੋਲੀਆਂ 'ਚ ਆਪਾਂ ਇੱਧਰ ਵੀ ਆ ਜਾਵਾਂਗੇ। ਲਓ ਜੀ 2 ਵਜੇ ਕੰਮ ਸਟਾਰਟ ਹੋ ਗਿਆ, 2 ਵੱਜ ਗਏ ਤਾਇਆ, ਹੋਰ ਆਪਾਂ ਨੂੰ ਉਰੇ ਸੈਟਿੰਗ ਕਰਦੇ ਨੂੰ ਲੱਗ ਗਿਆ ਘੰਟਾ, ਆ ਤਾਂ ਆਪਾਂ ਪਹਿਲੀ ਗਏ ਸੀ, ਪਾਣੀ ਸਾਡਾ ਉਰੇ ਤੱਕ ਹੈ, ਢੋਲੀਆਂ ਅਸੀਂ ਹੋ ਉੱਥੋਂ ਲੈ ਭਰ ਕੇ, ਇਹ ਸਾਡੇ 'ਚ ਗੁਣ ਨੇ ਵੱਡੇ ਕਿ ਨਹੀਂ ਤਾਇਆ? ਲੈ ਵੀ ਲੈ ਵੀ 1.5 ਕੁ ਕਿੱਲੇ ਦੇ ਕਰਤੀ ਤਾਂ ਤਾਏ ਨੇ ਢੋਲਾ ਚੱਕ ਲੱਗਦਾ, ਢੋਲੀ ਨਾਲ ਨਜ਼ਾਰਾ ਨਹੀਂ ਆਉਂਦਾ, ਸੋ ਹੁਣ ਮੈਂ ਕੱਖ ਪਾ ਕੇ ਆਉਂਦਾ, ਹਜੇ ਤਾਇਆ ਕਹਿੰਦਾ ਵੀ ਇੰਨੇ ਕਰਦਾ, 2 ਕਿੱਲਿਆਂ 'ਤੇ ਹੋਰ ਕਰਨੀ ਆ ਹਜੇ। ਠੀਕ ਆ, ਆਹ ਦਵਾਈ ਦਵੂਈ ਸਾਰੀ ਪਈ ਆਪਣੀ, ਤਾਏ ਨੂੰ ਦਵਾਈ ਘੋਲ ਕੇ ਦੇ ਸੀ, ਤਾਏ ਕਹਿੰਦਾ ਵੀ ਇੰਨੇ ਮੈਂ ਕਰਦਾ ਤੂੰ ਜਾਇਆ ਸੰਨੀ ਕਰਿਆ, ਦੇਖੋ ਆਹ ਪੀਣ ਢੋਲੀ, ਆਹ ਢੋਲੀ ਸੰਭਾਲ ਕੇ ਚੱਲੀ ਨਹੀਂ, ਪਰਲੀ ਵਧੀਆ ਚੱਲਦੀ ਹੈ, ਤਾਂ ਸਿਰ ਕੱਢਿਆ ਆ ਤਾਂ ਇਹਨੂੰ ਚੋਪੜਾਂਗੇ ਅੱਜ, ਧੁੱਪ ਜੇ 5 ਕੁ ਵਜੇ ਤੱਕ ਵਧੀਆ ਲੱਗ ਜੇ ਨਾ ਸਵਾਦ ਆ ਜੇ ਬਾਬੇ, ਤਾਂ ਹੁਣ ਕਾਹਲੀ ਕਾਹਲੀ ਨਾਲ ਕੱਖ ਪਾ ਕੇ ਆਉਣਾ। 3 ਵੱਜ ਗਏ, ਡੈਡੀ ਅੱਜ ਗਿਆ ਹੋਇਆ ਹਰਿਆਣੇ 'ਚ, ਸੋ ਹੋ ਸਕਦਾ ਵੀ ਸ਼ਾਮ ਹੋ ਜੇ ਜਾਂ ਲੇਟ ਲੂਟ ਆਵੇ, ਹੈ ਨਾ, ਇਹ ਵੀ ਹੋ ਸਕਦਾ ਜਾਂ ਕੱਲ੍ਹ ਨੂੰ ਆਵੇ, ਪਰ ਆਪਣੀ ਐਡੀ ਕੁ ਲਾਈਫ ਆ ਵੀ ਸਵੇਰੇ 4 ਵਜੇ ਉੱਠ ਕੇ ਡੰਗਰ ਪਸ਼ੂਆਂ ਦਾ, ਉਸ ਤੋਂ ਬਾਅਦ ਖੇਤ ਦਾ ਜਾਂ ਕੋਈ ਘਰ ਦਾ ਕੰਮ ਹੁੰਦਾ, 2 ਕੁ ਵਜੇ ਤੋਂ ਬਾਅਦ 3 ਕੁ ਵਜੇ ਫਿਰ ਡੰਗਰ ਪਸ਼ੂਆਂ ਦਾ ਕੰਮ ਸਟਾਰਟ, ਬਸ ਇਹੀ ਹੈ। ਜਦੋਂ ਪਿੰਡ ਹੁੰਦੇ ਹਾਂ, ਜਦੋਂ ਬਾਹਰ ਹੁੰਦੇ ਹਾਂ, ਉਦੋਂ ਤੁਹਾਨੂੰ ਪਤਾ ਹੀ ਵੀ ਤੁਹਾਨੂੰ ਘੈਂਟ ਘੈਂਟ ਚੀਜ਼ਾਂ ਦਿਖਾਉਂਦੇ ਰਹਿੰਦੇ ਹਾਂ, ਤਾਂ ਹੁਣ ਦੇਖਦੇ ਹਾਂ। ਡੈਡੀ ਥੋੜ੍ਹਾ ਢਿੱਲਾ ਹੋ ਗਿਆ ਸੀ ਜਦੋਂ ਸੈੱਟ ਹੋ ਗਿਆ, ਸੈੱਲ ਘੱਟ ਗਈ ਸੀ ਜਦੋਂ ਸਹੀ ਹੋ ਗਿਆ, ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜੰਮੂ ਕਸ਼ਮੀਰ ਸ਼੍ਰੀਨਗਰ, ਇਹ ਚੀਜ਼ਾਂ ਐਕਸਪਲੋਰ ਕਰਾਂਗੇ, ਸ਼ਾਨਦਾਰ ਟ੍ਰਿਪ ਹੋਊਗਾ ਵਾਹਿਗੁਰੂ ਦੀ ਕਿਰਪਾ ਦੇ ਨਾਲ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਲਾਸਟ ਤੱਕ ਦੇਖਿਆ ਕਰੋ ਘੈਂਟ। ਆ ਖੜਾ ਤਾਏ ਦਾ ਮੋਟਰਸਾਈਕਲ, ਚਾਬੀ ਦਾ ਕਹਿੰਦੇ ਦੀ ਜੇਬ 'ਚ ਪਾਈ ਹੋਈ ਹੈ, ਦੇਖ ਆ ਗਈ ਬਾਈ, ਸੋ ਹੁਣ ਕੱਖ ਪਾ ਕੇ ਆਉਣੇ ਆਪਾਂ। ਲਓ ਵੀ 3:15 ਦਾ ਟਾਈਮ ਹੋ ਗਿਆ, 3:15 ਵਜੇ ਆਪਾਂ ਮੱਝਾਂ ਨੂੰ ਗਾਈਆਂ ਨੂੰ ਕੱਖ ਪਾ ਤੇ, ਸੋ ਹੁਣ ਚੱਲਦੇ ਆਪਾਂ ਖੇਤ।
ਸੋ ਪਹੁੰਚ ਗਏ ਖੇਤ, ਤਾਇਆ ਡਿੱਕੀ ਜਾਂਦਾ, ਨਾਲੇ ਤਾਂ ਸਪਰੇਅ ਕਰੀ ਜਾਂਦਾ, ਨਾਲੇ ਇੱਧਰ ਨੂੰ ਝਾਕੀ ਜਾਂਦਾ, ਕਿਉਂਕਿ ਸਪਰੇਅ ਕਰਨੀ ਔਖੀ ਨਹੀਂ ਹੈਗੀ, ਇਕੱਲੇ ਬੰਦੇ ਦਾ ਜੀ ਨਹੀਂ ਲੱਗਦਾ, ਜਿਹੜਾ ਮੇਨ ਰੀਜ਼ਨ ਹੈ। ਸੋ ਹੁਣ ਜਦੋਂ ਉਹਨੇ ਮੈਨੂੰ ਦੇਖ ਲਿਆ ਤਾਂ ਉਹਦਾ ਮਨ ਖਿਲਵਿਲੀਆਂ ਹੋ ਗਿਆ, ਹੂ ਬਾਗੋ ਬਾਗ ਹੋ ਗਿਆ ਹੂ, ਕਿਉਂਕਿ ਦੋ ਬੰਦਿਆਂ ਨਾਲ ਵੈਸੇ ਹੀ ਜੀ ਲੱਗ ਜਾਂਦਾ। ਬਾਕੀ ਆਹੀ 2 ਘੰਟੇ ਨੇ, 3:30 ਹੋਣ ਵਾਲੇ ਹੈਗੇ, ਚੋ 1.5 ਘੰਟਾ ਹੈਗਾ, 1.5 ਘੰਟੇ ਜਿਹੜੀ ਸਪਰੇਅ ਹੋ ਗਈ ਹੋਗੀ, ਉਦੋਂ ਬਾਅਦ ਕਰਨੀ ਬੰਦ ਕਰਨੀ ਪਊ, ਕਿਉਂਕਿ ਧੁੱਪ ਤੋਂ ਬਿਨਾਂ ਹੁੰਦੀ ਨਹੀਂ। ਫਿਰ ਜੇ ਰਾਤ ਨੂੰ ਤਰੇਲ ਪੈ ਗਈ ਫਿਰ ਦਵਾਈ ਬੇਕਾਰ ਹੈ, ਸਪਰੇਅ ਹੁੰਦੀ ਨਹੀਂ। ਵੈਸੇ ਹੈਗੇ ਤਾਂ ਆਪਣੇ ਕੋਲ 2 ਕਿੱਲੀ ਆ, 2 ਕਿੱਲਿਆਂ 'ਚ ਵੀ ਬਸ ਪੂਰੀ ਪ੍ਰੋਪਰ ਨਹੀਂ ਕਰਨੀ, ਵੀ ਜਿੱਥੇ ਜ਼ਿਆਦਾ ਜੇ ਹੈ ਉੱਥੇ ਕਰਨੀ ਆ, ਬਾਕੀ ਦੂਜੇ ਥਾਵੇਂ ਘੱਟ ਗੇੜਾ ਸਾਰੇ 'ਚ ਹੀ ਦੇਣਾ ਪਊ। ਚਲੋ ਦੇਖਦੇ ਹਾਂ ਕੀ ਬਣਦਾ, ਕਿੰਨੇ ਕੁ ਟਾਈਮ ਤੱਕ ਨਿਬੜਦਾ, ਜੇ ਅੱਜ ਆਪਣਾ ਇੱਧਰ ਨਿਬੜ ਜੇ। ਸੋ ਉੱਧਰ ਤਾਂ ਆਪਣੇ ਪੌਣੇ 1-2 ਕਿੱਲੀ ਨੇ, ਤਾਂ ਉਹਦੇ ਵਿੱਚ ਆਪਾਂ ਕੱਲ੍ਹ ਨੂੰ ਕਰ ਦਾਂਗੇ, ਦੇਖਦੇ ਹਾਂ। ਫਿਰ ਦਾਦਾ ਹੈ ਝੋਟ, ਪਹਿਲਾਂ ਢੋਲਾ ਚੱਕਿਆ ਹੋਇਆ ਸੀ, ਹੁਣ ਢੋਲੀ ਚੱਕ ਰੱਖੀ ਵਿਕੰਦਰ ਨੇ, ਇਹ ਵੀ ਬਾਹਲੇ ਮੋਸ਼ਨ ਕਰਦਾ। ਵੈਸੇ ਢੋਲੇ ਨਾਲ ਯਾਰ ਬਾਹਲੀ ਪੈ ਜਾਂਦੀ ਹੈ, ਜੇ ਦੁਬਾਰੇ ਕਰਨੀ ਹੋਵੇ ਢੋਲੇ ਨਾਲ ਸਹੀ ਨਹੀਂ ਹੁੰਦੀ। ਆਹ ਗੁੱਲੀ ਡੰਡਾ ਕਿਵੇਂ ਚੌਂਕਦਾ ਇਹ 'ਚ, ਇੱਥੇ ਮੈਥੋਂ ਮੈਂ ਕਾਹਲੀ ਨਾ ਤੁਰ ਗਿਆ ਸੀ ਢੋਲਾ ਲੈ ਕੇ, ਅਰੇ ਜਿੱਥੇ ਵੱਧ ਦਵਾਈ ਵੱਜ ਜਾਂਦੀ ਆ ਉੱਥੋਂ ਐਂ ਪੀਲੀ ਪੈ ਜਾਂਦੀ ਆ, ਤਾਂ ਇਹ ਦਵਾਈ ਬਾਹਲੀ ਵੀ ਨਹੀਂ ਪੈਣੀ ਚਾਹੀਦੀ, ਸੋ ਘੱਟ ਵੀ ਨਹੀਂ ਪੈਣੀ ਚਾਹੀਦੀ। ਇਹ 2 ਗੱਲਾਂ ਨੇ, ਦੇਖੋ ਤਾਇਆ ਕਹਿੰਦਾ ਢੋਲਾ ਭਰ ਲੈ, ਜਾਂ ਢੋਲੀ ਚੱਲਦੀ ਹੁੰਦੀ ਨਾ ਸਾਰੇ ਕੰਮ ਸਹੀ ਹੋ ਜਾਂਦੇ। ਆਹ ਭਰਨਾ ਪਊ ਭਾਰੀ ਵਾਲਾ ਪੰਦਰ 25 ਲੀਟਰ ਦਾ ਪਾਣੀ ਹੈ। ਤਾਂ ਸਪਰੇਅ ਦਾ ਕੰਮ ਹੋ ਗਿਆ ਆਪਣਾ ਫਾਈਨਲ, 4:30 ਵੱਜ ਗਏ, 4:30 ਵਜੇ ਆਪਾਂ ਦੀ ਐਂਡ ਕਰਤਾ, ਕਿਉਂਕਿ ਜਾ ਕੇ ਧਾਰਾਂ ਧੁਰਾਂ ਕੱਢਣੀਆਂ ਹੁਣ ਪਾਣੀ ਪੂਣੀ, ਮੱਝਾਂ ਨੂੰ ਪਿਆਉਣਾ। ਸੋ ਜਿੰਨਾ ਕੁ ਬਣ ਰਿਹਾ ਹੈਗਾ ਸੀ ਕੱਢਤਾ, ਬਾਕੀ ਕੱਲ੍ਹ ਨੂੰ ਦੂਜੇ ਦਿਨ ਦੇਖਾਂਗੇ। ਤਾਂ ਇਹ 'ਚ ਵੀ ਗੁੱਲੀ ਡੰਡਾ ਯਾਰ ਬਹੁਤ ਰਹਿ ਗਿਆ, ਹਜੇ ਇਹ 'ਚ ਪਹਿਲੀ ਵਾਰੀ ਕਰੀ ਹੈ, ਚੱਲ ਇਹ ਵਧੀਆ ਹੋ ਜੇ ਮੈਂ ਕਹਿਣਾ, ਦੁਬਾਰੇ ਨਾ ਪੰਗਾ ਕਰਨਾ ਪਵੇ। ਸੋ ਤਾਇਆ ਉੱਧਰ ਸਾਰਾ ਸਮਾਨ ਸੱਲਾ ਚੱਕੀ ਜਾਂਦਾ, ਇਕੱਠਾ ਕਰਤਾ ਅੱਧਾ ਸਮਾਨ ਧਰਿਆ ਆ, ਅਤੇ ਅੱਧਾ ਕੁ ਸਮਾਨ ਚੱਕੀ ਜਾਂਦਾ ਇੱਧਰ, ਤਾਏ ਦਾ ਕੋਟ ਪਿਆ ਇੱਧਰ,